ਅਸਲਾਮ ਅਲੈਕੁਮ, ਸਲਾਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਮਿੱਤਰ ਰਾਣਾ ਗੁਲਾਮ ਦਸਤਗੀਰ ਬਾਬਰ। ਮੈਂ ਅਜਾਇਆ ਬੈਠਾ ਪਿੰਡ ਨਨੇੜਾ, ਤਹਿਸੀਲ ਰਾਜਪੁਰਾ, ਰਿਆਸਤ ਪਟਿਆਲਾ ਦੇ ਇੱਕ ਬਜ਼ੁਰਗ ਬਾਬਾ ਜੀ ਅਬਦੁਲ ਰਜ਼ਾਕ ਸਾਹਿਬ ਕੋਲ। ਉਹ ਆਪਣੇ ਪਿੰਡ ਦੇ ਕੁਝ ਸਾਥੀਆਂ ਦੇ ਨਾਮ ਦੱਸਣਗੇ ਔਰ ਆਪਣੇ ਪਿੰਡ ਦੀਆਂ ਕੁਝ ਯਾਦਾਂ ਤਾਜ਼ਾ ਕਰਨਗੇ, ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਲਾਮ ਅਲੈਕੁਮ ਜੀ, ਕਿਆ ਹਾਲਾਤ ਆਇਆ ਜੀ? ਅੱਛਾ, ਬਤਾਓ ਤੁਹਾਡੀ ਉਮਰ ਕਿਤਨੀ ਦੀ ਜਦ ਥੰਮ ਨਨੇੜੇ ਤੇ ਆਏ? 16 ਸਾਲ ਦੀ ਜੀ, ਪੂਰੀ 16। 16 ਸਾਲ ਉਮਰ ਦੀ ਤੁਹਾਡੀ ਉਸ ਵਕਤ? ਤੁਹਾਨੂੰ ਉਸ ਵਕਤ ਕਿ ਆਪਣੇ ਕੋਈ ਗੇਲ ਖੇਲਣ ਵਾਲੇ ਜਵਾਨ ਮੁੰਡਿਆਂ ਦੇ ਨਾਮ ਯਾਦ ਹੋਵਾਂ? ਗੇਲ ਖੇਲਣੇ ਵਾਲੇ ਆਤਮਾ ਅਤੇ ਕੁਰਲੀਆ ਦੀ ਆਤਮਾ ਅਤੇ ਪਰਸਾ ਅਤੇ ਚੇਤੂ। ਹਾਂਜੀ, ਬਨਾਰਸੀ ਸਾਧੂ ਬਸ ਹੋਰ ਨੇ ਯਾਦ। ਅੱਛਾ, ਉਹ ਜਿਹੜਾ ਤਾਂ ਸਾਧੂ ਕੌਣ ਤਾ? ਸਾਧੂ ਸੁਨਿਆਰਾ ਦਾ ਅਤੇ ਚੇਤੇ ਕੀ ਜ਼ਾਤ ਕਿਆ ਤੀ? ਚੇਤਾ ਚਮਾਰਦਾ। ਆਤਮਾ ਗਡਰੀਆ ਦਾ, ਬੱਕਰੀਆਂ ਚਰਾਣੇ ਵਾਲਾ। ਅਰੇ ਇੱਕ ਵਾਰ ਹਮ ਭੱਠੀ ਤਾਣੇ ਵਾਲੇ ਦਾ ਨਾਮ ਲੈ ਰਹੇ ਤੇ, ਸੁਲਤਾਨੀ ਨਾਮ ਦਾ ਉਸਗਾ, ਵਾ ਭੱਠੀ ਤਾਵਾ ਦਾ ਇੱਕ ਅਤਲਾ ਦਾ, ਅਤਲਾ ਵਾ ਵੀ ਭੱਠੀ ਤਾਵਾ ਦਾ ਦਾਣੇ ਭੁੰਨਾ ਦਾ। ਜੋ ਚੜ੍ਹਦੀ ਪੱਟੀ ਮਾਂ ਦੇ ਨੇੜੇ ਵਾ, ਉਰਲੀ ਪੱਟੀ ਮਾਂ ਦੇ ਪਰਲੀ ਪੱਟੀ ਮਾਂ ਦੇ ਜੋ ਅਤੇ ਉਰਲੀ ਪੱਟੀ ਮਾਂ ਜਿਹੜੇ ਉਸ ਵਕਤ ਦੇ ਬੰਦੇ ਉਰਲੀ ਮਾਂ ਦੇ ਨੇ ਆਤਮਾ ਪਰਸਾ ਕੁਰਲੀਆ। ਮਸੀਤਾਂ ਕਿਤਨੀ ਦੀ ਉਸ ਵਕਤ? ਦੋਨੋਂ ਚੜ੍ਹਦੀ ਪੱਟੀ ਮਾਂ ਲਹਿੰਦੀ ਪੱਟੀ ਮਾਂ ਇਕੱਲੀ ਇਕੱਲੀ ਮਸੀਤ ਦੀ। ਅਤੇ ਵਹਾਂ ਦੇ ਜਿਹੜੇ ਥਾਰੇ ਗਿਲ ਬਜ਼ੁਰਗ ਆਏ ਤੇ ਉਹਨਾਂ ਦੇ ਨਾਮ ਦੱਸੋ ਜ਼ਰਾ, ਉਰਲੀ ਪੱਟੀ ਮਾਂ ਦੇ ਜਿਹੜੇ ਪਾਕਿਸਤਾਨ ਆਏ। ਜਿਹੜੇ ਨਾਮ ਸਾਨੂੰ ਯਾਦ ਆ ਉਸ ਵਕਤ ਵਡੇਰਿਆਂਗੇ, ਚੂੜਾ ਅਤੇ ਬਾਬੂ। ਹਾਂਜੀ, ਫਿਰ ਵਾ ਯੂਸਫ ਮਜੀਦ ਸਦੀਕ ਅਤੇ ਮੁਨਸੀ ਸਦੀਕ ਸਰਾਜੋ। ਠੀਕ ਹੋ ਗਿਆ। ਬਸ਼ੀਰ ਬਸ਼ੀਰ ਗਫੂਰ ਕਾ। ਹਾਂਜੀ, ਤਾਜਲੀ ਬਸ਼ੀਰ ਕਾ ਬਾਪ ਲੰਬੜ ਦਾ ਨਾ, ਗਫੂਰ ਨੰਬਰਦਾਰ ਦਾ ਨਾ ਵਹਾਂ ਕਾ। ਹਾਂਜੀ, ਉਰਲੀ ਪੱਟੀ ਕਾ ਜੀ। ਆ ਉਰਲੀ ਪੱਟੀ ਕੇ ਦੋ ਨੰਬਰਦਾਰ ਦੇ? ਹਾਂ, ਦੋ ਕੇ ਥਾਰੀ ਕੇ ਤੇ ਦੋ ਮਾਰੀ ਕੇ। ਉਹ ਉਰਲੀ ਪੱਟੀ ਕਿਹੜੇ ਦੋ ਨੰਬਰਦਾਰ ਦੇ? ਇੱਕ ਤਾਂ ਗਫੂਰ ਦਾ, ਇੱਕ ਕਿਹੜਾ ਦਾ? ਇੱਕ ਦਾ ਸਿਲੇਮਾਨ ਮੀਰ ਬਾਜਗਾ। ਸਿਲੇਮਾਨ ਮੀਰ ਬਾਜਗਾ, ਵਾ ਤਾਂ ਉਰਾ ਰਹਿੰਦਾ ਰਿਹਾ, ਉਰੇ ਤੇ ਬਾਅਦ ਮੈਂ ਗਿਆ। ਹਾਂਜੀ, ਅੱਛਾ। ਔਰ ਦੂਸਰੀ ਪੱਟੀ ਕੇ ਮਾਰੇ ਵਾਲੀ ਪੱਟੀ ਕੇ ਕਿਹੜੇ ਕਿਹੜੇ ਦੇ ਨੰਬਰਦਾਰ? ਇੱਕ ਤਾਂ ਫਕੀਰੀਆ ਦਾ, ਫਕੀਰੀਆ ਇਸਕਾ ਆਪਣਾ ਮਹਿੰਦੀ ਕਾ ਬਾਪ। ਹਾਂਜੀ, ਇੱਕ ਮੰਗਤਾ, ਇੱਕ ਮੰਗਤਾ ਦਾ। ਹਾਂਜੀ, ਜੋ ਦੋ ਨੰਬਰਦਾਰ ਪੜ ਲਈ ਪੱਟੀ ਕੇ ਤੇ। ਹਾਂਜੀ, ਲਵਾ ਲਵਾ ਥਾਰੇ ਗਾਉਂ ਕਿਹੜੇ ਦੇ? ਹਾਂਜੀ, ਲਵੇ ਲਵੇ ਵਾਲੇ ਗਾਵਾਂ ਦੇ ਨਾਮ ਬਤਾਓ। ਹਾਂ, ਲਵੇ ਲਵੇ ਕੇ ਸਿੰਭੂ, ਸਿੰਭੂ ਖੁਰਦ, ਤੇਪਲਾ ਤੇਪਲਾ, ਬਾਸਮਾ ਬਾਸਮਾ, ਅਤੇ ਫਿਰ ਨੰਦਗੜ੍ਹ, ਨੰਦਗੜ੍ਹ ਬਿਲਕੁਲ ਹੈ ਗੇਲ, ਅਤੇ ਫਿਰ ਮੋਹੀ, ਮੋਹੀ ਛੋਟੀ ਅੜ ਬੜੀ 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 ਮੋਹੀ ਥਰ ਤੋਰਾ ਦੀ। ਹਾਂਜੀ, ਅਤੇ ਫਿਰ ਵਾ ਖੇੜੀ, ਖੇੜੀ ਬਨੂੜ, ਬਨੂੜ ਛੱਤ, ਛੱਤ ਤਲੇੜੀ, ਤਲੇੜੀ ਵੀ ਥਾਰੇ ਤੋਰਾ ਦਾ। ਹਾਂਜੀ, ਅਤੇ ਵਾ ਭੂਰੀ ਖੇੜੀ, ਭੂਰੀ ਖੇੜੀ ਹੈ ਬਿਲਕੁਲ, ਅਲੀ ਮਾਜਰਾ। ਹਾਂ, ਅਲੀ ਮਾਜਰਾ ਵੀ ਹੋ ਗਿਆ। ਦਾਰੀਓ, ਦਾਰੀਓ ਇਹ ਨਸ਼ਹਿਰਾ, ਨਸ਼ਹਿਰਾ ਹੋ ਗਿਆ। ਬੜਾ ਸਿੰਭੂ, ਬੜਾ ਸਿੰਭੂ ਤੋਂ ਥਾਰੇ ਦੇ 6-7 ਕਿਲੋਮੀਟਰ ਪਤਾ ਨਾ ਜੀ, ਇਹ ਕਿਤਨੇ ਦੂਰ ਦਾ? 3 ਮੀਲ ਦਾ। 3 ਮੀਲ ਪਤਾ ਬੜਾ ਸਿੰਭੂ? ਹਾਂਜੀ, ਛੋਟਾ ਸਿੰਭੂ 1/2 ਮੀਲ ਬਾ, ਛੋਟਾ ਸਿੰਭੂ ਤਾਂ ਬਿਲਕੁਲ ਨਾਲ। ਹਾਂ, ਬਸ ਜਿਸ ਤਰ੍ਹਾਂ ਇਹ ਪੇਰੋ ਜਾ ਕਰ ਸਲੱਖਣਾ ਬਾਦ ਆ। ਹਾਂਜੀ, ਨੇ ਗਾਉਂਦੇ ਅਤੇ ਉਹ ਰਾਜਗੜ੍ਹ, ਰਾਜਗੜ੍ਹ ਹੋ ਗਿਆ। ਥਾਰਾ ਕੋਈ ਯਾਰ ਹੋਆ ਜਿਹੜਾ ਉਸ ਵਕਤ, ਜਿਹੜਾ ਯਾਰ ਜਿਹੜਾ ਕੋਈ ਯਾਰ ਨਹੀਂ, ਕੋਈ ਗੇਲ ਖੇਲਦਾ ਪੜ੍ਹਦਾ ਹੋਆ, ਪੜ੍ਹੇ ਵੀ ਹੈ ਵਾ ਸਕੂਲ? ਕੋਈ ਨਹੀਂ, ਨਾ ਇੱਕ ਦਾਦਾ ਮੈਨੂੰ ਪੜ੍ਹੇ, ਸਕੂਲ ਨਹੀਂ ਗਏ, ਲੰਗਰ ਚਾਵੇ
ਠੀਕ ਹੋ ਗਿਆ ਡੰਗਰ ਹੀ ਚਾਰੇ ਵਾਹ ਡੰਗਰ ਚਾਰੇ ਜਿਹੜਾ ਮਾਰਾ ਬਾਬਾ ਦਾ ਅਬਦੁਲ ਗਫੂਰ ਆਹੋ ਉਸਕੇ ਬਾਪ ਕਾ ਨਾਮ ਤਾਂ ਰਹਿਮਾ ਰਹਿਮਾ ਤੇ ਮਾਰੇ ਬਾਬੇ ਕੇ ਦਾਦੇ ਕਾ ਨਾਮ ਕਾ ਵੀ ਪਤਾ ਕੋਈ ਨਹੀਂ ਨਾ ਉਸਕਾ ਨਹੀਂ ਪਤਾ ਹੈਗਾ ਕੋਈ ਨਹੀਂ ਪਤਾ ਉਹ ਆਪਣਾ ਇੱਕ ਮਾਰੇ ਬਾਬਾ ਹੋ ਗਿਆ ਰਹਿਮੇ ਕਾ ਅਬਦੁਲ ਗਫੂਰ ਜੋ ਇਕੱਲਾ ਹੀ ਦਾ ਹਾਂਜੀ ਉਹ ਇਕੱਲਾ ਹੀ ਦਾ ਤੇ ਦੂਸਰੇ ਭਾਈ ਕਾ ਤਾਂ ਛੱਜੂ ਛੱਜੂ ਤੇ ਇਨ ਬਾ ਜ਼ਮੀਨ ਕਿਤਨੀ ਕੀ ਵਹਾਂ ਜ਼ਮੀਨ ਇਨ ਬਾ ਪੂਰੇ ਕੇ 100 ਕਿੱਲੇ ਲਾ ਲਏ 100 ਕਿੱਲਾ ਮਤਲਬ ਕਿ ਵਹਾਂ ਇਨ ਪਾ ਜ਼ਮੀਨ ਤੀ ਅਤੇ ਆਪਣਾ ਜਦ ਉਰਾ ਆਏ ਇਹਨਾਂ ਨੂੰ ਸਾਰੀ ਲੱਭੀ 42 ਕਿੱਲੇ 42 ਕਿੱਲੇ ਔਰ ਜਿਹੜਾ ਵਾ ਤਾਂ ਕਿਆ ਨਾਮ ਆ ਉਸਕਾ ਫਕੀਰੀਆ ਫਕੀਰੀਆ ਬਿਚਾਰਿਆਂ ਦਾ 5 ਕਿੱਲੇ ਆਏ ਉਰਾ ਵਹਾਂ 15 ਵਹਾਂ 15 ਕਿੱਲੇ ਦੇ ਉਰਾ 5 ਕਿੱਲੇ ਮਿਲੇ ਔਰ ਮਾਰੇ ਬਾਬੇ ਕਾ ਕਿਆ ਰਹਿਣ ਸਹਿਣ ਦਾ ਵਹਾਂ ਗਫੂਰ ਕਾ ਰਹਿਮੇ ਗਏ ਰਹਿਣ ਸਹਿਣ ਯੋਗਾ ਕੁਛ ਕਰਾਂ ਦਾ ਬਸ ਨੌਕਰ ਉਹ ਕਰਾਂ ਦੇ ਦੋ ਘੋੜੀਆਂ ਰੱਖੀ ਦੀ ਇੱਕ ਚਰਨੇ ਦਾ ਬੰਦ ਰਹੀ ਆ ਖਾ ਰਹੀ ਆ ਵੰਡਾ ਚਣੇ ਔਰ ਇੱਕ ਆਪਣਾ ਇੱਕ ਉੱਪਰ ਚੜ੍ਹ ਕਰ ਬਾਹਰ ਫੇਰਾ ਮਾਰ ਰਿਹਾ ਖੇਤਾਂ ਵਾ ਨੌਕਰਾਂ ਵਾ ਇਸ ਇਹਨੂੰ ਯੋਗ ਨੂੰ ਯੋਗ ਪਾਓ ਇਹਨੂੰ ਯੋਗ ਪਾਓ ਚੰਗੀ ਜ਼ਿੰਦਗੀ ਦੀ ਵਹਾਂ ਇਨਕੀ ਸਾਰੇ ਜਿਹੜੇ ਵਹਾਂ ਜਿਤਨੇ ਲੋਕ ਦੇ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਚੰਗੀ ਜ਼ਿੰਦਗੀ ਗੁਜ਼ਾਰੀ ਦੀ ਫਿਰ ਸਾਨੂੰ ਧੱਕੇ ਦਿਠਾਇਆ ਇਹਨਾਂ ਨੇ ਕਿਸ ਤਰ੍ਹਾਂ ਉੱਠੇ ਵਹਾਂ ਦੇ ਮਾਰੇ ਬਸ 3-4 ਹਮਲੇ ਹੋਏ ਆ ਫੌਜ ਕੇ ਕੈਲੀ ਵਾਲੇ ਕੇ ਪਰ ਵਾ ਇੱਕ ਚੜਾ ਲੱਗਦਾ ਵਾ ਲੱਗਣ ਨਹੀਂ ਦੇ ਗੱਡੀਆਂ ਪੈਦਲ ਕਹਾਂਦੇ ਉਹਨੂੰ ਵੀ ਚਲੋ ਉਹ ਕਹਾਂਦੇ ਪੈਦਲ ਸਾਨੂੰ ਛੱਡਣੇ ਵੀ ਨਹੀਂ ਮੈਂ ਨੇੜੇ ਦਾ ਇਸ ਨਾਲ ਅਸਲਾ ਇਹ ਅਸਲਾ ਮਾਰੇ ਦਾ ਹੈ ਕੋਈ ਨਹੀਂ ਦਾ ਮਾਰੇ ਕੋਲ 5 ਲੱਖ ਤੋਂ ਬਾਹਰ ਦਾ ਬੰਦਾ ਆਇਆ ਦਾ ਸਹੀ ਪਨਾਹ ਲੈ ਰੱਖੀ ਸੀ ਔਰ ਉਸ ਵਕਤ ਕੋਈ ਸਿੱਖ ਰਾਜਪੂਤ ਵੀ ਹੈ ਦਾ ਵਹਾਂ ਸਿੱਖ ਰਾਜਪੂਤ ਨਹੀਂ ਹਿੰਦੂ ਰਾਜਪੂਤ ਹੈ ਹਿੰਦੂ ਰਾਜਪੂਤ ਕੋਈ ਹੈ ਦਾ ਘਰ ਵਾ ਤੇਪਲੇ ਮਾ ਦੇ ਨਹੀਂ ਨਨੇੜੇ ਕੀ ਬਾਤ ਕਰ ਰਿਹਾ ਨਨੇੜੇ ਮਾ ਕੋਈ ਹੈ ਦਾ ਕੋਈ ਨਹੀਂ ਦਾ ਸਭ ਮੁਸਲਮਾਨ ਸਰ ਮੁਸਲਮਾਨ ਰਾਜਪੂਤ ਜਿਹੜੇ ਆ ਗਏ ਹਾਂਜੀ ਵਾ ਥਰ ਕੰਮੀ ਕੁੰਮੀ ਦੇ ਬਸ ਕੰਮੀ ਆ ਕੇ ਕੋ ਆਪਣੇ ਆ ਕੇ ਨਾਮ ਯਾਦ ਹੋਆ ਤੁਹਾਨੂੰ ਉਰਲੀ ਪੱਟੀ ਕੇ ਪਰਲੀ ਪੱਟੀ ਕੇ ਹਾਂ ਬ ਨਹੀਂ ਦੇ ਬਸ ਜਿਹੜੇ ਬਤਾਏ ਥਾਨੇ ਆ ਜਿਹੜੇ ਮੈਂ ਬਤਾਏ ਨਹੀਂ ਦੇ ਯਹੀ ਤੇ ਥਾਰੀ ਉਸ ਵਕਤ ਉਮਰ 16 17 ਸਾਲ ਦੀ 17 ਸਾਲ ਦੀ ਇਹ ਜੇ ਕੋ ਬੰਦਾ ਲੱਭ ਜਾ ਥਾਰਾ ਵਹਾਂ ਥਾਰੇ ਹਾਣੀ ਫਿਰ ਗੱਲ ਕਰਾਵਾਂ ਥਾਰੀ ਕਰਾ ਦਿਓ ਚਲੋ ਕੱਲ੍ਹ ਨੂੰ ਕਰਾਊਂਗਾ ਮੈਂ ਤੁਹਾਡੀ ਗੱਲ 1:30 ਵਜੇ ਕਿਲੋ ਹਾਂ ਕਰਾ ਦਿਓ ਜੇ ਲੱਭ ਜਾ ਠੀਕ ਆ ਜੀ